ਕੀ ਕੀਤਾ ਜੀ? ਕੀ ਕੀਤਾ ਬਾਈ? ਕਿੱਥੋਂ ਦੇ ਰਹਿਣ ਵਾਲੇ ਹੋ? ਫਲੀਆਂ ਵਾਲੇ ਤੋਂ? ਕਾਹਤੋਂ? ਉਹ ਕੀ ਕਰਨ ਆਏ ਸੀ ਇੱਥੇ? ਇੱਥੇ ਕੀ ਕਰਨ ਆਏ ਸੀ? ਕਿੱਥੋਂ? ਕੀ ਕੀਤਾ ਕੀ ਇਹਨਾਂ ਨੇ ਬਾਈ? ਪਿੰਡ ਕਿਹੜਾ ਤੇਰਾ? ਫੇਰ ਫਲੀਆਂ ਵਾਲਾ ਚੱਕਰਾਂ ਐ ਕਹਿ ਨਾ ਚੱਕਰਾਈਆਂ ਵਾਲਾ ਕੀ ਕਰਦਾ ਸੀ? ਮੋਬਾਈਲ ਖੋਇਆ? ਅੱਛਾ ਭਾਈ ਦਾ ਸੀ ਫਿਰ ਨਾਂ ਕੀ ਤੇਰਾ? ਸੁਖਜੀਤ। ਮਾਂ ਪਿਓ ਨੇ ਕਿੱਡਾ ਸੋਹਣਾ ਨਾਂ ਰੱਖਿਆ ਸੁਖ ਤੇ ਜੀਤ। ਤੇ ਕੰਮ ਕਿਹੜੇ ਤੇਰੇ? ਤੇਰਾ ਕੀ ਨਾਂ ਹੈ? ਬਲਵਿੰਦਰ। ਆ ਸਰਿੰਜ ਕੀ ਹੈ? ਚਿੱਟਾ ਲਾਉਣਾ ਹੈ? ਤੇ ਸਰਿੰਜ ਕਾਹਤੋਂ ਲਈ ਫਿਰਦਾ? ਗੋਲੀ ਇਹਦੇ ਚ ਪਾਉਣਾ? ਗੋਲੀ ਪਾ ਕੇ ਠੀਕ ਹੈ ਹੈ? ਉਹਨਾਂ ਹੀ ਨੇ ਚਿੱਟਾ ਲਾਉਂਦੇ ਨੇ। ਤੇਰਾ ਕੀ ਨਾਂ ਹੈ? ਪਰਮਜੀਤ। ਕਿੱਥੋਂ ਦਾ? ਆਧਾਰ ਕਾਰਡ ਇਹਨਾਂ ਦੇ ਉਹ ਕਿੱਥੇ ਕੋਲ ਆਇਆ ਸੀ? ਤੂੰ ਤਾਂ ਪਿੱਛੇ ਜੇ ਵੀ ਉਹ ਉੱਥੇ ਫੜਿਆ ਗਿਆ ਸੀ ਦੇਵੀ ਦੁਆਰੇ ਕੋਲੇ, ਉਹੀ ਹੈ ਨਾ? ਦੇਵੀ ਦੁਆਰੇ ਕੋਲੇ ਫੜਿਆ ਗਿਆ ਸੀ। ਛੱਡਿਆ ਨੀ ਕੰਮ? ਮੋਟਰਸਾਈਕਲ ਤੇ ਸੀ ਤੁਸੀਂ? ਮੋਟਰਸਾਈਕਲ ਆਪਦਾ? ਆਪਦਾ ਮੋਟਰਸਾਈਕਲ? ਨੰਬਰ ਤਾਂ ਹੈ? ਅੱਛਾ ਬਿੱਲ ਹੈਗਾ ਇਹਦਾ? ਨੰਬਰ ਨੁੰਬਰ ਨੀ ਹੈਗਾ? ਕੀ ਹੋਇਆ? ਕੀ ਆ ਬਾਈ ਜਾਣਕਾਰੀ ਦਿਓ ਯਾਰ, ਇਹਨਾਂ ਨੇ ਕੀਤਾ ਕੀ ਹੈ? ਆਹ ਮੋਟਰਸਾਈਕਲ ਤੁਸੀਂ ਉੱਥੋਂ ਹੈਗਾ ਸੀ? ਦੱਸ ਇੱਕ ਕਦੋਂ ਖੋਇਆ ਸੀ ਇਹਨੇ? ਅੱਛਾ ਪਹਿਲਾਂ ਲੈ ਗਿਆ ਸੀ? ਹੁਣ ਦੱਸ ਇੱਕ ਚੁੱਪ ਚੁੱਪ ਕਰੋ ਚੁੱਪ। ਕੀ ਕੀ ਨਾਂ ਬਾਈ? ਕੀ ਨਾਂ ਤੇਰਾ? ਕੀ ਗੱਲ ਹੋਈ ਆ? ਮੋਬਾਈਲ ਕਿੰਦਾ ਖੋਇਆ ਇਹਨਾਂ ਨੇ? ਗੁੜੀਆ ਹੈਗੀ ਸੀ ਕੁੜੀ ਕੋਈ। ਅੱਛਾ ਮਿਲ ਗਿਆ ਮੋਬਾਈਲ ਵਾਪਸ? ਉਹ ਡਰਦੀ ਸੀ ਡਰਦੀ ਸੀ। ਅੱਛਾ ਇੱਕ ਆ ਮੇਰੇ ਨਾਲ ਹੈਗਾ ਸੁਣਦਾ। ਅੱਛਾ ਤੂੰ ਨਾਲ ਸੀਗਾ? ਕੀ ਇਹਨਾਂ ਮੋਬਾਈਲ ਖੋਇਆ? ਹਾਂਜੀ ਇਹਨਾਂ ਮੋਬਾਈਲ ਖਾ ਸੀ, ਭੱਜ ਗਿਆ ਸੀ ਇਹਨਾਂ ਕਿਤੇ ਮੋਬਾਈਲ ਖਾ ਸੀ। ਅੱਛਾ ਤੇ ਤੁਸੀਂ ਕਾਬੂ ਕੀਤਾ ਫਿਰ ਡਿੱਗੇ ਨੇ? ਇਹਨਾਂ ਪਿੱਛੇ ਮੋਟਰਸਾਈਕਲ ਬਹੁਤ ਲੱਗੇ ਸੀ। ਹਾਂ ਉਹ ਮੋਟਰਸਾਈਕਲ ਵੀ ਇਹਨਾਂ ਆ ਕੇ ਡਿੱਗੇ ਵਿੱਚ, ਮੋਟਰਸਾਈਕਲ ਤੇ ਮੋਟਰਸਾਈਕਲ ਵੱਜੇ ਨੇ ਤਾਂ ਆ ਕੇ ਡਿੱਗੇ ਨੇ ਇੱਥੇ। ਅੱਛਾ ਹਾਂਜੀ ਤੇ ਇਹਨਾਂ ਮਲਨੀ ਤਾਂ ਇਹ ਲੈ ਗਏ ਸੀਗੇ? ਵਾਲਿਆਂ ਨੂੰ ਵੀ ਹੱਥ ਪਾਇਆ ਸੀ ਇਹਨਾਂ ਨੇ। ਵਾਲਿਆਂ ਨੂੰ ਵੀ ਹੱਥ ਪਾਇਆ ਇਹਨਾਂ ਨੇ ਜੀ। ਅੱਛਾ ਹਾਂਜੀ ਹਾਂਜੀ
ਵਾਲੀਆਂ ਸੋਨੇ ਦੀਆਂ ਵੀ ਉਹਨੂੰ ਵੀ ਹੱਥ ਪਾਇਆ ਇਹਨਾਂ ਨੇ, ਮੋਬਾਈਲ ਨੂੰ ਹੱਥ ਪਾਇਆ। ਸੱਚ ਬੋਲੋ, ਸੱਚ ਪਹਿਲਾਂ ਚੋਰਾਂ ਦੇ ਫੜੀਚੋ ਚੋਰੀ ਕਰਦੇ ਜੀ, ਤੁਹਾਨੂੰ ਵੀ ਪਤਾ ਇਸ ਗੱਲ ਦਾ। ਸ਼ਰਮ ਕਰ ਲੋ ਜਵਾਨ, ਸ਼ਰਮ ਕਰ ਲੋ ਯਾਰ, ਤੂੰ ਤੂੰ ਤੇਰੀ ਤਾਂ ਜਮਾ ਹੀ ਲੱਤੀ ਹੈ ਯਾਰ, ਹੈ ਪਹਿਲਾਂ ਵੀ ਤੂੰ ਫੜਿਆ ਗਿਆ ਸੀ, ਹੱਦ ਹੀ ਹੋ ਗਈ ਯਾਰ, ਕੀ ਹੋ ਗਿਆ ਜੀ? ਸ਼ਰਮ ਨੂੰ ਹੱਥ ਮਾਰਵਾ, ਕੀ ਇੱਜ਼ਤ ਬਣੀ ਵੀ ਤੇਰੇ ਪੈਸੇ ਚੋਰੀ ਹੋ ਗਏ? ਸਾਢੇ 300 ਰੁਪਇਆ ਸੀਗਾ ਮੇਰੀ ਜੇਬ ਵਿੱਚ। ਤੁਸੀਂ ਮੋਬਾਈਲ ਚੋਰੀ ਕੀਤਾ, ਤੇਰੇ ਪੈਸੇ ਚੋਰੀ ਹੋ ਗਏ? ਮੋਬਾਈਲ ਚੋਰੀ ਨਹੀਂ ਕੀਤਾ ਜਨਾਬ, ਮੈਂ ਨਹੀਂ ਕੀਤਾ, ਮੈਂ ਚਲਾਉਂਦਾ ਪਿਆ ਮੋਟਰਸਾਈਕਲ ਦਵਾਈ ਲੈ। ਆਹੋ ਵੀ ਤੇਰੇ ਨਾਲ ਦਿਆਂ ਨੇ ਮੋਟਰਸਾਈਕਲ ਤੇ ਮੋਬਾਈਲ ਚੋਰੀ ਕੀਤਾ, ਤੇਰੇ ਪੈਸੇ ਚੋਰੀ ਹੋ ਗਏ। ਅੱਛਾ ਤੂੰ ਫਿਰ ਰੋਕਿਆ ਕਿਉਂ ਨੀ? ਤੂੰ ਰੋਕਿਆ ਕਿਉਂ ਨੀ? ਜੇ ਇਹਨਾਂ ਨੇ ਮੋਬਾਈਲ ਖੋਲਿਆ ਤੂੰ ਕਿਉਂ ਭਜਾਇਆ? ਅੱਗੇ ਆ ਕੇ ਬਾਈ ਯਾਰ ਤੂੰ ਰੋਕਦਾ, ਉੱਥੇ ਡਿੱਗ ਪਿਆ ਬਾਈ, ਸਾਈ ਡਿੱਗੀ ਪੈ ਕੇ ਖਿੱਚਾ ਸੀ ਮੋਟਰਸਾਈਕਲ ਪਿੱਛੋਂ। ਅੱਛਾ ਤੁਸੀਂ ਮੋਬਾਈਲ ਚੋਰੀ ਕਰਕੇ ਭੱਜ ਰਹੇ ਸੀ, 1300-1350 ਰੁਪਇਆ ਚੋਰੀ ਹੋ ਗਿਆ ਹੁਣ, ਹੈਂ ਆਹੀ ਗੱਲ ਹੈ? ਪਰਸ ਸੀ ਤੇਰੀ ਜੇਬ ਚ? ਮੇਰੀ ਜੇਬ ਚ ਪੈਸੇ ਇੱਧਰ ਸੀਗੇ ਤੇ ਪਰਸ ਜੇਬ ਸੀਗੇ, ਪਰਸ ਚ ਨਹੀਂ ਪੈਸੇ ਸੀਗੇ। ਅੱਛਾ ਉਦਾਂ ਪੈਸੇ ਸੀ, ਉਹ ਕੱਢ ਲਏ ਗਏ ਨੇ ਹੁਣ, ਪਤਾ ਨਹੀਂ ਰੱਬ ਜਾਣੇ ਕਿੰਨੇ ਕਿੰਨੇ, ਪਤਾ ਨਹੀਂ ਪੱਕਾ ਜੀ ਹੁਣ। ਪੈਸੇ ਕਿੰਨੇ ਸੀ? ਪੈਸੇ ਕਿੰਨੇ ਸੀ? 350 ਰੁਪਇਆ। ਮੈਂ ਘਰੋਂ ਲੈ ਕੇ ਆਇਆ, ਮੇਰੇ ਘਰੇ ਫੋਨ ਕਰਕੇ ਪੁੱਛ ਲਓ। ਮਤਲਬ ਕਿ ਤੂੰ ਤੂੰ ਇਹਨਾਂ ਦੇ ਨਾਲ ਇਹ ਮੋਬਾਈਲ ਇਹਨਾਂ ਨੇ ਚੋਰੀ ਕੀਤਾ, ਤੂੰ ਮੋਟਰਸਾਈਕਲ ਚਲਾਉਂਦਾ ਆਈ ਤੇ ਤੇਰੇ ਪੈਸੇ ਹੁਣ ਚੋਰੀ ਹੋ ਗਏ ਨੇ। ਮੈਂ ਦਵਾਈ ਲੈਣ ਚੱਲਿਆ ਸੀ। ਅੱਛਾ ਸਰਕਾਰੀ, ਇਹ ਤਾਂ ਫਿਰ ਚੋਰਾਂ ਨੂੰ ਮੋਰ ਪੈ ਗਈ, ਪਤਾ ਵੀ ਨਹੀਂ ਲੱਗਿਆ। ਸ਼ਰਮ ਕਰ ਲੋ, ਕਿੱਡੇ ਕਿੱਡੇ ਆ ਯਾਰ ਤੁਸੀਂ, ਆ ਇੱਜ਼ਤ ਬੰਦੀ ਵੀ ਹੈ, ਨਾਲੇ ਸ਼ਹਿਰ ਦੀ ਬੰਦੀ ਹੈ, ਨਾਲੇ ਤੁਹਾਡੀ ਬੰਦੀ, ਤੁਹਾਡੇ ਪਿੰਡ ਦੀ ਬੰਦੀ ਹੈ। ਦੱਸੋ ਆ ਕਹਿੰਦੇ ਮੋਬਾਈਲ ਚੋਰੀ ਕਰਕੇ, ਮੋਬਾਈਲ ਚੋਰੀ ਕਰਕੇ ਭੱਜਿਆ, ਉਹ ਕਹਿੰਦਾ ਕਿ ਮੇਰਾ 350 ਚੋਰੀ ਹੋ ਗਿਆ। ਉਲਟਾ ਉੱਤੇ ਖੜੀ ਸੀ, ਉਹਨੇ ਨਵਾਂ ਮੋਬਾਈਲ ਲਿਆ ਲੈ ਕੇ ਤੇ ਭੱਜ ਗਿਆ, ਅਸੀਂ ਇੱਥੇ ਖੜੇ ਤੇ ਇੱਥੇ ਮੁੰਡਿਆਂ ਨੇ ਪਿੱਛੋਂ ਫੜਿਆ, ਨਾ ਤਾਂ ਨਵੇਂ ਦਾ ਮੇਰਾ ਚੋਰੀ ਹੋ ਗਿਆ, ਇਹਨਾਂ ਨੇ ਭੱਜ ਗਏ ਸੀ। ਦੱਸੋ ਇਹਦਾ ਭੱਜ ਗਏ ਸੀ, ਮੈਂ ਉਹਦੇ ਗੱਡੀ ਸੂਟ ਕਰਾਈ, ਇਹਨਾਂ ਸਾਹਮਣੇ ਖੜਾ ਤੇ ਇਹ ਤਾਂ ਨਿਕਲ ਗਏ ਸੀ। ਸਰ ਆਏ ਹੁਣ ਮੌਕੇ ਤੇ, ਕੀ ਸੂਚਨਾ ਮਿਲੀ ਸੀ? ਸੂਚਨਾ ਮਿਲੀ ਸੀ ਉੱਥੇ ਬੱਸ ਸਟੈਂਡ ਦੇ ਉੱਤੇ ਕੁਝ ਚੋਰ ਫੜੇ ਗਏ ਨੇ। ਹਾਂਜੀ, ਠੀਕ ਹੈ ਜੀ।
ਵੀਡੀਓ ਬਣ ਕੇ ਹੁਣ ਭੱਜੂਗਾ ਤੇ ਯਾਦ ਆ ਮਰੂਗਾ ਲੜਾਈ ਬਣਾ ਦੇਣੀ ਪੈਂਦੀ ਹੈ।